নাম এসা নাম, এসা নাম নিরঞ্জন হো, এসা নাম, এসা নাম, এসা নাম নিরঞ্জন হো, এসা নাম, এসা নাম, এসা নাম নিরঞ্জন। কবীর সিংহ জি দে নামে অন্তম অরদাস দে বিচ একত্র হোয়ে হাঁ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਐਸੇ ਸਦਮੇ ਅਸਹਿ ਹੁੰਦੇ ਨੇ, ਪਰ ਸਤਿਗੁਰ ਕੀ ਮਹਿਮਾ, ਸਤਿਗੁਰ ਜਾਣੈ ਜੋ ਕਿਛ ਕਰੈ ਸੋ ਆਪਣ ਭਾਣੈ, ਕਿ ਸਰਦਾਰ ਲਖਬੀਰ ਸਿੰਘ ਦੇ ਨਿਮਿਤ ਨਹੀਂ ਹੈ ਸਾਡੇ ਵੀ ਹੈ। ਕਿਉਂਕਿ ਐਸੇ ਸਮੇਂ ਦੇ ਅੰਦਰ, ਐਸੇ ਘੜੀ ਦੇ ਅੰਦਰ ਇੱਕ ਬੜੀ ਹੀ ਵੱਡੀ ਸਿੱਖਿਆ, ਇੱਕ ਸੇਧ ਲੈ ਕੇ ਜਾਣਾ ਹੁੰਦਾ ਹੈ। ਸਾਧ ਸੰਗਤ ਜੀ ਉਹ ਸਿੱਖਿਆ ਸੇਧ ਕੀ ਹੈ ਕਿ ਸਭ ਨਾ ਮਰਨਾ ਆਇਆ ਵਿਛੋੜਾ ਸਭ ਸੁਖ ਦੁੱਖ ਲਿਖ ਪਾਏ, ਤਿਲ ਨਹੀਂ ਵਧੇ ਕਟਹੇ ਨਾ ਕਟਾਏ, ਸੋਈ ਹੋਏ ਜੀ ਕਰਤੇ ਭਾਵੇ, ਆਪ ਕਹਿ ਕੇ ਵਾਹਣਾ ਕਿ ਮੌਤ ਦੁੱਖ ਜੇ ਕੋਈ ਕਹੇ ਕਿ ਮੈਂ ਕਰ ਲਵਾਂਗਾ, ਜਾਂ ਇਹ ਕਹੇ ਕਿ ਹਾਏ ਇਹ ਕੀ ਹੋ ਗਿਆ, ਇਹਦਾ ਮਤਲਬ ਇਹੀ ਹੈ ਕਿ ਅਸੀਂ ਪਰਮਾਤਮਾ ਤੋਂ ਦੂਰ ਮਸਕਤ ਕਾਰ ਨਾਨਕ ਤੇ ਬਖੇਜਲੇ ਕੀਤੀ ਛੁੱਟੀ ਨਾਲ, ਜਿਨ ਨਾਮ ਤੇ ਆਇਆ ਗਏ ਮਸਕਤ ਕਾਰ ਨਾਨਕ ਤੇ ਬਖੇਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ। ਦਸਾਂ ਪਾਤਸ਼ਾਹੀਆਂ ਜੀ ਦੀ ਆਤਮਕ ਜੋਤ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਸੁੰਦਰ ਪਾਠ ਦਰਸ਼ਨ ਦਾਰਿਆਂ ਵੱਲ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਵਾਹਿਗੁਰੂ। ਗੁਰੂ ਜੀ ਕੇ ਸਾਜੇ ਦਵਾਜੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਨੇ ਘਟੀਆਂ ਜੱਪੀਆਂ ਤੱਪੀਆਂ, ਜਿਹਨਾਂ ਨਾਮ ਮੁੱਖ ਅੰਤਰ ਜਾਮੀ ਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਰ੍ਹਾਂ ਦੇ ਖੁੱਲੇ ਦਰਸ਼ਨ ਦਾਰੇ, ਸੇਵਾ ਸੁਭਾਅ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਕੰਚਨ ਮਾਟੀ ਮਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ, ਸੁਖ ਸੁਨੇਹ ਔਰ ਭੈ ਨਹੀਂ ਜਗ, ਕੰਚਨ ਮਾਟੀ ਕਿਰਪਾ ਜੇ ਨਰ ਕੋ ਕਿਨੀ, ਤੈ ਇਹ ਜੁਗਤ ਪਛਾਣੀ, ਨਾਨਕ ਲੀਨ ਪਿਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਸ਼ਖਸੀਅਤਾਂ ਦੀ ਹੋਣ ਕਾਰਨ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਸ਼ਰਨਜੀਤ ਸਿੰਘ
ਕੈਬਨਿਟ ਮੰਤਰੀ ਪੰਜਾਬ ਸਰਕਾਰ ਨੂੰ ਜਿਨ੍ਹਾਂ ਦੇ ਉਹ ਦਿਲ ਦੇ ਨੇੜੇ ਸਨ ਅਤੇ ਉਹ ਆਪਣੇ ਵਿਚਾਰਾਂ ਦੀ ਸਾਂਝ ਇਸ ਮੌਕੇ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਤੁਹਾਡੇ ਨਾਲ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੁਰਦੁਆਰੇ ਵਿੱਚ ਬਹੁਤ ਹੀ ਸਤਿਕਾਰਯੋਗ ਜਗੋ ਨੌਜਵਾਨਾਂ ਮੇਰੇ ਪੈਨਲ ਦੇ ਵਿਖਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਬਹੁਤ ਹੀ ਜ਼ਿਆਦਾ ਸਰਕਾਰੀ ਮੌਕੇ ਦਿੱਤੇ ਸਰਦਾਰ ਰਸੀਦ ਸਿੰਘ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਇਹ ਸਮੁੱਚੇ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ। ਕੋਈ ਸ਼ਬਦ ਨਹੀਂ ਜਿਹੜੇ ਸ਼ਬਦਾਂ ਦੇ ਨਾਲ ਸਰਦਾਰ ਰਵੀਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੀ। ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਅਖੀਰਲੇ ਕੋਈ ਵਧੇ ਸਰਦਾਰ ਰਵੀਰ ਸਿੰਘ ਦੇ ਨਾਲ ਇਹਨਾਂ ਦੇ ਪਰਿਵਾਰ ਨੂੰ ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੈਠੇ ਗੁਰੂ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਜਿਹੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਏ ਨਾਨਕਾ ਸੱਦੇ ਉਰਜਾ ਦੇ ਮਹਾਂਬਾਪ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਪਰਮ ਮਿੱਤਰ ਸਰ ਰਵੀਰ ਸਿੰਘ ਜੀ ਜਿੰਨੇ ਸਵਾਸਾਂ ਦੀ ਪੂੰਜੀ ਸੰਸਾਰ 'ਚ ਲੈ ਕੇ ਆਏ ਸੀ ਧੋ ਕੇ ਚਲੇ ਗਏ। ਮੌਤ ਇੱਕ ਅਟਾਨਸ ਚਾਹੀ ਆ, ਜੋ ਇਨਸਾਨ ਸੰਸਾਰ ਦੇ ਵਿੱਚ ਆਉਂਦਾ ਉਸਨੇ ਜਾਣਾ ਇੱਕ ਦਿਨ ਜ਼ਰੂਰ ਹੈ। ਮੇਰੇ ਤੋਂ ਪਹਿਲਾਂ ਗਿਆਨੀ ਜੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਨੂੰ ਜੋੜ ਕੇ ਮੌਤ ਬਾਰੇ ਬਹੁਤ ਸਮਝਾਉਣਾ ਕੀਤਾ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਰਾਜਮਾਨ। ਬਹੁਤ ਹੀ ਦੁੱਖ ਦੀ ਘੜੀ 'ਤੇ ਸਾਡੇ ਬਹੁਤ ਪੁਰਾਣੇ ਮਿੱਤਰ ਸਰ ਲਖਵੀਰ ਸਿੰਘ ਕਲਾਲ ਮਾਜਰਾ ਸਾਡੇ ਵਿੱਚੋਂ ਚਲੇ ਗਏ ਨੇ। ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਿੱਥੇ ਉੱਚ ਸ਼ਖਸ਼ੀਅਤਾਂ ਪਹੁੰਚੀਆਂ ਨੇ ਉੱਥੇ ਬਹੁਤ ਸਾਰੀਆਂ ਲੋਕਲ ਜਥੇਬੰਦੀਆਂ ਜਿਨ੍ਹਾਂ ਦੇ ਸ਼ੋਕ ਵੰਡੇ ਆਏ ਨੇ ਅਤੇ ਕੁਝ ਸਾਡੇ ਵਿੱਚ ਹੋਰ ਸੈਕਿੰਡ ਲੀਡਰਸ਼ਿਪ ਹੈ ਜਿਹੜੀ ਉਹਨਾਂ ਦੇ ਵੀ ਨਾਂ ਲੈਣੇ ਜ਼ਰੂਰੀ ਨੇ। ਸੋ ਹੁਕਮ ਹੋਇਆ ਮੈਂ ਸਰ ਰਵਿੰਦਰ ਸਿੰਘ ਜੀ ਲਿਬੜਾ ਸਰਹੰਦ ਜੋ ਪਹਿਲਾਂ ਆ ਕੇ ਚਲੇ ਗਏ ਨੇ, ਸਰ ਰਣਜੀਤ ਸਿੰਘ ਜੀ ਤਲਵੰਡੀ, ਸਰ ਰਵਿੰਦਰ ਪਾਲ ਸਿੰਘ ਜੀ ਚੀਮਾ ਵਾਈਸ ਚੇਅਰਮੈਨ ਪੰਜਾਬ ਮੰਡੀ ਬੋਰਡ, ਬੀਬੀ ਸਤਵਿੰਦਰ ਕੌਰ ਸ਼ੇਗਲ ਪ੍ਰਧਾਨ ਦਿਹਾਤੀ ਇਸਤਰੀ ਗੰਗ ਅਕਾਲੀ ਦਲ ਮਲੋਹ ਉਹ ਵੀ ਸਾਡੇ ਵਿੱਚ ਬਿਰਾਜਮਾਨ ਨੇ ਅਤੇ ਸਰ ਬਾਬਾ ਸਰਬਜੀਤ ਸਿੰਘ ਸਰਦਾਰ ਲਖਮੀਰ ਸਿੰਘ ਕਲਾਲ ਮਾਜਰਾ ਦੀ ਯਾਦ ਵਿੱਚ ਜੁੜੀ ਸਾਧ ਸੰਗਤ ਕਰੋ ਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਟਲ ਸੱਚਾਈ ਹੈ ਜੀਵਨ ਦੀ, ਜੋ ਬਣਿਆ ਉਹਨੇ ਟਹਿਣਾ, ਜੋ ਪੈਦਾ ਹੋਇਆ ਉਹਨੇ ਖਤਮ ਹੋਣਾ। ਗੁਰਬਾਣੀ ਕਹਿੰਦੀ ਹੈ ਜੈਸੇ ਜਲਤੇ ਬੁਲਬੁਲਾ ਉਪਜੈ ਵਿਰਸੈ ਨੀਰ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਰਵੀਰ। ਆਉਣਾ ਸੰਸਾਰ ਵਿੱਚ ਤੇ ਆਗੇ ਚਲੇ ਜਾਣਾ ਕੁਦਰਤ ਦਾ ਨਿਯਮ ਹੈ, ਕੁਦਰਤ ਦਾ ਸੰਵਿਧਾਨ ਹੈ, ਇਹਦੇ ਵਿੱਚ ਕੋਈ ਵਿਘਨ ਨਹੀਂ ਪੈ ਸਕਦਾ। ਪਰੰਤੂ ਕੁਛ ਲੋਕ ਹੁੰਦੇ ਨੇ ਜਿਹੜੇ ਆਪਣੇ ਜੀਵਨ ਕਾਲ ਵਿੱਚ ਪੈੜਾ ਪਾ ਜਾਂਦੇ ਨੇ ਆਉਣ ਵਾਲੀਆਂ ਲੋਕਾਂ ਲਈ, ਨਸਲਾਂ ਲਈ, ਉਹ ਇੱਕ ਰਾਹ ਬਣਾ ਜਾਂਦੇ ਨੇ। ਸਰਦਾਰ ਲਖਮੀਰ ਸਿੰਘ ਕਲਾਲ ਮਾਜਰਾ ਨਾਲ ਮੇਰਾ ਖਿਆਲ ਹੈ ਮੇਰਾ 30 ਸਾਲ ਤੋਂ ਵੱਧ ਦਾ ਮਨ ਜਾਣੇ ਮਨ ਕੋਏ
ऐसा नाम, ऐसा नाम, ऐसा नाम निरंजन हो, ऐसा नाम, ऐसा नाम, ऐसा नाम निरंजन हो। कागद कलम न लिखन हार, कागद कलम, कागद कलम न लिखन हार, कागद कलम न लिखन हार, मन का बह विचार, ऐसा नाम, ऐसा नाम, ऐसा नाम निरंजन हो, ऐसा नाम, ऐसा नाम, ऐसा नाम निरंजन हो, जे को मन जाने ऐसा नाम, ऐसा नाम, ऐसा बस
परमात्मा तो दूर जाने वाले और मृत्यु यही परमात्मा के हुक्म के नाल होती है। हाँ, मौत कोई माड़े कर्म का फल नहीं है, ये बिल्कुल सारे ने अच्छी तरह समझ लेना कि कोई माड़े कर्म का फल मौत होती है नहीं, ये तो बिना परमात्मा की कृपा दे का समय होता है। तो इंसान के हाथ का इन्ना ही है कि इस पाने नूं मन के परमात्मा दे दसे हुए सच्चे रास्ते ते अगे वादा चला जावे, दुख दे विच उलझ के परमात्मा तो मौका सरदार लखवीर सिंह जी जड़े अगम दी चढ़ाई ते यात्रा ते बहुत अगे चले गए ने, उन्हां नूं श्रद्धा दे फुल भेंट करना है। अज अपने जीवन नूं सही सेध देने दा बहुते लोकां नूं पता होगा कि काफी टाइम पहला एक एहो जी सरदार जी की वासा बनी कि हस्पताल दे विच गए डॉक्टरां ने जवाब दे दिता बीपी वध जावे असीं हाय हाय करदे आ। ओ इन्ने जबरदस्त हार्ट अटैक चलन दे बावजूद भी उन्होंने कोई हिम्मत नहीं छटी, कोई हौसला नहीं छटिया और मालिक दी सेवा दे विच उवें ही बने रहे, मालिक दी बनाई हुई दुनिया दी सेवा करते रहे। हाँ, घर दे विच कदे तकलीफ होवे तो उह नाल खड़े हुंदे सी, सारे नगर निवासी बैठे किसे तो पुछ के देख लो कि कोई उन्होंने चल
ਕਿ ਆਪਣੇ ਵੱਲੋਂ ਚੱਲ ਕੇ ਹਰ ਇੱਕ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਦੁੱਖ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਕੋਈ ਹਿੰਮਤ ਨਹੀਂ ਛੱਡੀ ਇੱਥੋਂ ਤੱਕ ਕਿ 3 ਸਾਲ ਪਹਿਲਾਂ ਜਦ ਇਸ ਤਰ੍ਹਾਂ ਬੇਟੇ ਦਾ ਹੈ ਕਿ ਸੰਸਾਰ ਨਸ਼ਵਰ ਹੈ, ਕੁਛ ਨਹੀਂ ਹੈ, ਮਰਦੇ ਤਾਂ ਉਹ ਨੇ, ਮਰ ਜਾਂਦੇ ਉਹ ਨੇ ਜਿਨ੍ਹਾਂ ਨੇ ਹਜੇ ਰਾਮ ਨੂੰ ਔਖਾ ਲੱਗਦਾ ਹੈ। ਪਰ ਸੰਸਾਰ ਦੀ ਸੱਚਾਈ ਅਟਲ ਇਹੀ ਹੈ ਕਿ ਜਿਹੜਾ ਪੈਦਾ ਹੋਇਆ ਹੈ ਉਸਨੇ ਜਾਣਾ ਹੀ ਜਾਣਾ ਹੈ, ਔਰ ਜਿਹੜਾ ਚਲਾ ਗਿਆ ਦੁਬਾਰਾ ਉਸਦਾ ਜਨਮ ਹੋਣਾ ਹੀ ਹੋਣਾ ਹੈ। ਇਹੀ ਉਸ ਪਰਮਾਤਮਾ ਨੂੰ ਜਾਣ ਲਈਏ ਜਿਹਦੇ ਕਰਕੇ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਰੂਪੀ ਧਰਮਸ਼ਾਲਾ ਦੇ ਵਿੱਚ ਭੇਜਿਆ ਹੋਇਆ ਹੈ। ਸੋਚ ਕੇ ਦੇਖੋ, ਜੇ ਅਸੀਂ ਕਿਸੇ ਧਰਮ ਚ ਹੀ ਕਹਾਂਗੇ ਤਾਂ ਧਰਮਸ਼ਾਲਾ ਦੇ ਵਿੱਚ 4 ਦਿਨ ਰਹਿਣ ਦੇ ਲਈ ਆਏ ਸੀ ਕਿ ਇਹੋ ਜਿਹਾ ਬੰਦਾ ਕੀ ਕੰਮ ਕਰ ਰਿਹਾ। ਪਰ ਸੋਚ ਕੇ ਦੇਖੋ, ਭਗਵਾਨ ਨੇ ਪਰਮਾਤਮਾ ਨੇ ਸਾਨੂੰ ਭੇਜ, ਮਰਨ ਦਾ ਦੁੱਖ ਹੈ ਇਹ ਤੋਂ ਪਾਰ ਚਲੇ ਜਾਈਏ। ਪਰ ਜੇ ਅਸੀਂ ਇੱਥੇ ਹੀ ਦੇਵੇ ਬਣਾ ਕੇ ਮੇਰੀ ਤੇਰੀ ਦੇ ਔਰ ਰਾਗ ਦਵੇਸ਼ ਕਾਮ ਕ੍ਰੋਧ ਲੋਭ ਮੋਹ ਔਰ ਧਨ ਦੇ ਪਿੱਛੇ, ਮਾਨ ਦੇ ਪਿੱਛੇ, ਦੁਨੀਆਂ ਦੇ ਪਿੱਛੇ ਕਿ ਮੇਰਾ ਨਾਮ ਹੋਵੇ ਉਹਦੇ ਲਈ ਜੀਵਨ ਖਰਾਬ, ਧਰਮਸ਼ਾਲਾ ਦੇ ਵਿੱਚ ਭੇਜਦੇ ਨੇ ਔਰ ਹਮੇਸ਼ਾ ਭੇਜਦੇ ਰਹਿਣਗੇ ਜਦ ਤੱਕ ਇਹ ਜੀਵ ਉਸ ਸੱਚ ਖੰਡ ਪਰਮਾਤਮਾ ਨੂੰ ਮਿਲ ਨਹੀਂ ਜਾਂਦਾ।
ਬੰਨ ਕੇ ਪਹੁੰਚ ਜਾਂਦਾ ਹੈ। ਬਾਬਾ ਫਰੀਦ ਜੀ ਬਖਸ਼ਿਸ਼ ਕਰਦੇ ਹਨ, ਵੇਖੋ ਬੰਦੇ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਾਤ
ਇਸਰਾ ਦੁਇਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਬਖੇਜ ਲੈ ਕੇਦੀ ਛੁੱਟੀ ਨਾਲ ਜਿਨ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਬਖੇਜ ਲੈ ਕੇਦੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀ ਰਤਮ ਭਗਵਤੀ ਸਮਰ ਕੈ ਸ੍ਰੀ ਗੁਰੂ ਨਾਨਕ ਨਹੀਂ ਧਿਆਏ ਫਿਰ ਅੰਗਦ ਗੁਰ ਨੇ ਅਮਰਦਾਸ ਰਾਮਦਾਸ ਲਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਏ ਜਿਸ ਡਿਠਿਆ ਸਭ ਦੁੱਖ ਜਾਏ ਤੇਗ ਬਹਾਦਰ ਸਿਵਰੀਐ ਘਰ ਨੌ ਨਿਧਿਆਵੇ ਧਾਏ ਸਭ ਥਾਈ ਹੋਏ ਜੀ ਸਹਾਏ ਦਸਵੇਂ ਪਾਤ ਜੀ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਆਤਮਕ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਸੁੰਦਰ ਪਾਕ ਦਰਸ਼ਨ ਦਾਰਿਆਂ ਵੱਲ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਗੁਰੂ ਜੀ ਕੇ ਸਾਜੇ ਦਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਨੇ ਘਾਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਲ ਜਨਿਤ ਕੀਤਾ ਤਿਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਗਈਆਂ ਤੱਤੀਆਂ ਦੇਗਾਂ ਜਵਾਲੇ ਖਾਦੇ ਚਰਕੜੀਆਂ ਤੇ ਚਾੜੇ ਗਏ ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨਿਆ ਸਿੱਖੀ ਸਿਰਤ ਨਹੀਂ ਹਾਰਿਆ ਸਿੱਖੀ ਕੇਸਾਂ ਸਲਾਸਾਂ ਨਾਲ ਨਿਭਾਏ ਤਿਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜ ਤਖਤ ਸਰਬੰਸ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੰਸ ਖਾਲਸਾ ਜੀ ਕੀ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਤਿਕਾਰ ਸਭ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਹਿਤ ਤਾਂ ਤਾਂ ਰਚਿਆ ਰਿਹਾ ਗੁਰਬਾਣੀ ਬੋਲੋ ਜੀ ਵਾਹਿਗੁਰੂ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਭਵਿੱਖ ਦਾਨ ਭਰੋਸਾ ਦਾਨ ਦਾਦਾ ਸਿਰ ਦਾਨ ਨਾਮ ਦਾਨ ਝੰਡੇ ਬੁੰਗੇ ਜੁਗੋ ਜੁਗਰ ਦਾਨ ਧਰਮ ਜੀ ਜੈ ਜੈਕਾਰ ਹੋਵੇ ਬੋਲੋ ਜੀ ਆਪ ਕਾਖੋ ਕੇ ਅੰਦਰ ਜਾਮੀ ਤਸਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤੇਰਾ ਦੇ ਖੁੱਲੇ ਦਰਸ਼ਨ ਦਾਰੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਮਾਣਿਆਂ ਦੇ ਬਦਲਕ ਮਾਏ ਕੱਲੇ ਆਵੇ ਨਾਨਕਾ ਸਭ ਦੇ ਕੁਛ ਜਾਏ ਦੇ ਮਹਾਂ ਵਾਕ ਅਨੁਸਾਰ ਜੀਓ ਪਿਛਲੇ ਦਿਨੀ ਸਤਿਗੁਰ ਜੀਓ ਦਰ ਘਰ ਦੇ ਸੇਵਕ ਸਰਦਾਰ ਕਬੀਰ ਸਿੰਘ ਜੀ ਮਹਾਰਾਜ ਆਪ ਦੀ ਬਖਸ਼ੀ ਆਜੂ ਪੂਰੀ ਕਰਕੇ ਆਪ ਚੰਦਾ ਜਾਂ ਰਾਜੇ ਸਾਲਾ ਸਮੂਹ ਪਰਿਵਾਰ ਨੇ ਇਕੱਤਰ ਉੱਭਰ ਕੇ ਉਹਦੇ ਆਤਮਾ ਦੀ ਕਲਿਆਣ ਖੇਤੀ ਕਰੋ ਨਵੇਰਾ ਆਪ ਕੀ ਬਾਤ ਸ਼੍ਰੀ ਆਤਮਾ ਨੂੰ ਸ੍ਰੀ ਕਾਲ ਕੰਚਨ ਮਾਟੀ ਮਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਸੁਖ ਸੁਨੇਹ ਔਰ ਭੈ ਨਹੀਂ ਜਗ ਕੰਚਨ ਮਾਟੀ ਮਨ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਗ ਲੋਭ ਮੋਹ ਅਭਿਮਾਨਾ ਹਰਖ ਸੋਗ ਤੈ ਰਹਿ ਨਿਆਰਿਓ ਹੋਰ ਕਿਰਪਾ ਜੇ ਨਰ ਕੋ ਕਿਨੀ ਤੈ ਇਹ ਜੁਗਤ ਪਛਾਨੀ
ਨਾਨਕ ਲੀਨ ਪਿਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਉਹਨਾਂ ਦੀ ਅੰਤਮ ਅਰਦਾਸ ਵਿੱਚ ਅੱਜ ਸਮਾਜ ਦੇ ਸੋਸਾਇਟੀ ਦੇ ਹਰ ਸ਼ੋਭੇ ਤੋਂ ਇੱਕ ਮਿੰਟ ਸ਼ਖਸੀਅਤਾਂ ਦੀ ਹੋਣ ਕਾਰਨ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਸ਼ਰਨਜੀਤ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੂੰ, ਜਿਨ੍ਹਾਂ ਦੇ ਉਹ ਦਿਲ ਦੇ ਨੇੜੇ ਸਨ ਅਤੇ ਉਹ ਆਪਣੇ ਵਿਚਾਰਾਂ ਦੀ ਸਾਂਝ ਇਸ ਮੌਕੇ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਤੁਹਾਡੇ ਨਾਲ ਪਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੁਰਦੁਆਰੇ ਵਿੱਚ ਬਹੁਤ ਹੀ ਸਤਿਕਾਰਯੋਗ ਬਜ਼ੁਰਗੋ ਨੌਜਵਾਨੋ ਮੇਰੇ ਪੈਨਲ ਦੇ ਬਿਠਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਬਹੁਤ ਹੀ ਜ਼ਿਆਦਾ ਸਰਕਾਰੀ ਮੌਕੇ ਦੇ ਉੱਤੇ ਸਰਦਾਰ ਰਸੀਦ ਸਿੰਘ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਅਤੇ ਸਮੁੱਚੇ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਸਤੇ ਉੱਥੇ ਇਕੱਠੇ ਹੋਏ ਹਾਂ। ਕੋਈ ਸ਼ਬਦ ਨਹੀਂ ਜਿਹੜੇ ਸ਼ਬਦਾਂ ਦੇ ਨਾਲ ਸਰਦਾਰ ਰਵੀਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੀ। ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਅਖੀਰਲੇ ਕੋਈ ਵਰੇ ਸਰਦਾਰ ਰਵੀਰ ਸਿੰਘ ਦੇ ਨਾਲ ਅਤੇ ਇਹਨਾਂ ਦੇ ਪਰਿਵਾਰ ਦੇ ਨਾਲ ਇਸ ਤਰੀਕੇ ਨਾਲ ਬੀਤੇਗੀ। ਸਾਰੀ ਜ਼ਿੰਦਗੀ ਅਸੀਂ ਇਕੱਠਿਆਂ ਨੇ ਕੱਢੀ, ਇਕੱਠੇ ਸਿਆਸਤ ਦੇ ਵਿੱਚ ਆਏ, ਔਰ ਜਿਸ ਤਰੀਕੇ ਦੇ ਨਾਲ ਸਰਦਾਰ ਰਵੀਰ ਸਿੰਘ ਦੇ ਵਿੱਚ ਜਜ਼ਬਾ ਸੀ ਕੰਮ ਕਰਨ ਦਾ, ਔਰ ਹਰੇਕ ਕੰਮ ਬਾਰੇ ਜੋ ਵਾਕਫੀਅਤ ਰੱਖਦਾ ਸੀ, ਜਿਸ ਕੰਮ ਨੂੰ ਵੀ ਸਰਦਾਰ ਰਵੀਰ ਸਿੰਘ ਜੀ ਪੈਂਦੇ ਸੀ ਉਹਨੂੰ ਨਿਭਰੇ ਜਾ ਕੇ ਛੱਡਦੇ ਸੀ। ਬੜਾ ਲੰਬਾ ਸਮਾਂ ਇਕੱਠਿਆਂ ਨੇ ਸੰਘਰਸ਼ ਕੀਤਾ, ਬੜੀ ਵਧੀਆ ਉਸ ਮੌਕੇ ਇਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ। ਪਰਿਵਾਰ ਵੱਲੋਂ ਵੀ ਬਹੁਤ ਜ਼ਿਆਦਾ ਸੁਖੀ ਸਨ, ਲੇਕਿਨ ਜਿਸ ਮੌਕੇ ਆਪਣੇ ਸਪੁੱਤਰ ਦੀ ਮੌਤ ਨੂੰ ਦੇਖਿਆ, ਆਪਣੇ ਸਪੁੱਤਰ ਦੀ ਮੌਤ ਨੇ ਸਰਦਾਰ ਰਵੀਰ ਸਿੰਘ ਨੂੰ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਸਮੁੱਚੇ ਪਰਿਵਾਰ ਨੂੰ ਝਿਜੋੜ ਕੇ ਰੱਖਿਆ। ਉਸ ਦੁੱਖ ਨੂੰ ਕੋਈ ਵੀ ਸ਼ਬਦ ਨਹੀਂ ਜਿਹੜੇ ਸ਼ਬਦਾਂ ਦੇ ਨਾਲ ਆਪਾਂ ਬਿਆਨ ਕਰ ਸਕਦੇ। ਜਿਸ ਇਨਸਾਨ ਨੇ ਇੱਕ ਵਧੀਆ ਜ਼ਿੰਦਗੀ ਬਤੀਤ ਕੀਤੀ ਹੋਵੇ ਅਤੇ ਅਖੀਰਲੇ ਸਮੇਂ ਆ ਕੇ ਇਹ ਬੱਚੀਆਂ ਜਾਣਦੀਆਂ ਨੇ ਕਿ ਉਸ ਪਰਿਵਾਰ ਦੇ ਨਾਲ ਕੀ ਬੀਤੀ ਹੈ, ਬਹੁਤ ਕੁਝ ਕਿਹਾ ਜਾ ਸਕਦਾ। ਗੁਰੂ ਮਹਾਰਾਜ ਅੱਗੇ ਇਹੀ ਅਰਜ਼ੀ ਕਰਾਂਗਾ, ਇਹ ਸੱਚੇ ਵਾਹਿਗੁਰੂ, ਇਹ ਪਰਿਵਾਰ ਇਸ ਚੀਜ਼ ਦੇ ਲਾਇਕ ਨਹੀਂ ਸੀ। ਬੜਾ ਵਧੀਆ ਹੱਸਦਾ ਨੱਸਦਾ ਪਰਿਵਾਰ ਅੱਜ ਹਰੇਕ ਪੱਖੋਂ ਚ ਜੋੜਿਆ ਗਿਆ। ਕਿਰਪਾ ਕਰੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਪਰਮਾਤਮਾ ਇਸ ਪਰਿਵਾਰ ਨੂੰ ਕੋਈ ਬਲ ਦੇਵੇ, ਇਹ ਪਰਿਵਾਰ ਇਸ ਦੁੱਖ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਰਦਾਸ਼ਤ ਕਰ ਸਕੇ, ਆਪਣੇ ਪੈਰਾਂ ਤੇ ਫਿਰ ਖੜੇ ਹੋ ਸਕਣ। ਆਪਾਂ ਤਾਂ ਰਲ ਕੇ ਕੇਵਲ ਤੇ ਕੇਵਲ ਅਰਦਾਸ ਹੀ ਕਰ ਸਕਦੇ ਹਾਂ, ਅਰਜੋਈਆਂ ਹੀ ਕਰ ਸਕਦੇ ਹਾਂ। ਮੈਂ ਬਹੁਤਾ ਜ਼ਿਆਦਾ ਪ੍ਰਸਤਾਵ ਚਲਾ ਜਾਂਦਾ ਹੋਇਆ ਜਿੱਥੇ ਮੈਂ ਆਪਣੇ ਵੱਲੋਂ ਇਸ ਪਰਿਵਾਰ ਨੂੰ ਵਿਸ਼ਵਾਸ ਵੀ ਪਾਉਣ ਵਾਸਤੇ ਆਇਆ, ਸਾਡੀ ਭੈਣ ਜੀ ਨੂੰ
ਕਿ ਪਰਮਾਤਮਾ ਕਦੇ ਤੁਹਾਡੇ ਉੱਤੇ ਅੱਜ ਤੋਂ ਬਾਅਦ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਸੀਂ ਇਸ ਦੁੱਖ ਨੂੰ ਬਰਦਾਸ਼ਤ ਕਰਕੇ ਇਸ ਦੁੱਖ ਦੇ ਵਿੱਚੋਂ ਨਿਕਲ ਸਕੋ। ਕਿਸੇ ਮੌਕੇ ਸਾਡੀ ਕੋਈ ਜ਼ਰੂਰਤ ਪਵੇ ਤੁਹਾਡੇ ਨਾਲ, ਜਿਵੇਂ ਸਰਦਾਰ ਲਖਵੀਰ ਸਿੰਘ ਜੀ ਦਾ ਖੜਦੇ ਸੀ, ਤੁਹਾਡੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਜਿੱਥੇ ਮੈਂ ਆਪਣੇ ਵੱਲੋਂ ਇਸ ਪਰਿਵਾਰ ਦੇ ਨਾਲ ਹਮਦਰਦੀ ਦਾ ਫੁਟਾਵਾ ਕਰਦਾ, ਉੱਥੇ ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵੱਲੋਂ ਵੀ ਇਸ ਪਰਿਵਾਰ ਦੇ ਨਾਲ ਹਮਦਰਦੀ ਦਾ ਫੁਟਾਵਾ ਕਰਦਾ। ਅਤੇ ਗੁਰੂ ਮਹਾਰਾਜ ਅੱਗੇ ਇਹੀ ਅਰਜ਼ੋਈ ਕਰਦਾ, ਇਹ ਸੱਚੇ ਵਾਹਿਗੁਰੂ ਇਸ ਵਿਸ਼ਵ ਗੁਰੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ, ਪਿੱਛੇ ਸਾਰੇ ਪਰਿਵਾਰ ਨੂੰ ਪਾਲਣ ਮਨਣ ਦਾ ਬਲ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਲੋਕ ਬਹੁਤ ਜ਼ਿਆਦਾ ਵੱਡੀ ਵਿਲ ਪਾਵਰ ਦੇ ਮਾਲਕ ਵੀ ਹੋਣ, ਸਰ ਮੁਹੰਮਦ ਇਕਬਾਲ ਨੇ ਜਿਸਨੇ ਇਹ ਕਿਹਾ ਕਿ ਖੁਦ ਹੀ ਕੋ ਕਰ ਬੁਲੰਦ ਇਤਨਾ ਖੁਦਾ ਤੁਝੇ ਹਰ ਬਾਤ ਸੇ ਪੁੱਛੇ ਪਹਿਲੇ ਪੁੱਛੇ ਕਿ ਬਤਾ ਤੇਰੀ ਰਜ਼ਾ ਕਿਆ ਹੈ। ਜਦ ਉਹਦੇ ਪੁੱਤਰ ਦੀ ਮੌਤ ਹੋਈ ਜਿਹੜਾ ਕਹਿੰਦਾ ਸੀ ਕਿ ਰੱਬ ਮੈਨੂੰ ਪੁੱਛੇ ਜੇ ਖੁਦੀ ਬੁਲੰਦ ਹੋਵੇ ਤਾਂ ਉਸ ਨੂੰ ਵੀ ਕਹਿਣਾ ਪਿਆ ਮਰਦ ਖੁਦਾ ਦਾ ਹੁਕਮ ਹੈ ਸਰ ਹਮੇ ਤਸਲੀਮ ਹੈ ਮਗਰ ਜਵਾਨੀ ਮੈਂ ਜੇ ਹੁਕਮ ਕਾਬਲੇ ਤਰਮੀਮ ਹੈ। ਸਾਡੀ ਗੱਲ ਠੀਕ ਹੈ ਕਿ ਸਤਿਗੁਰਾਂ ਨੇ ਸਾਨੂੰ ਬਾਣੀ ਦਾ ਢਾਂਸ ਦਿੱਤਾ, ਭਾਣਾ ਮੰਨਣ ਦੀ ਗੱਲ ਕਹੀ ਹੈ, ਪਰ ਸਤਿਗੁਰਾਂ ਜਿੰਨੀ ਸਾਡੀ ਪ੍ਰਤਿਭਾ ਨਹੀਂ ਹੁੰਦੀ, ਸਾਡੀ ਸ਼ਖਸੀਅਤ ਓਨੀ ਵੱਡੀ ਨਹੀਂ ਹੁੰਦੀ ਕਿ ਅਸੀਂ ਉਸ ਨੂੰ ਸਹਿ ਸਕੀਏ। ਇਹ ਸੱਚਾਈ ਹੈ ਅਤੇ ਬਹੁਤ ਹੀ ਔਖਾ ਹੁੰਦਾ। ਸਾਡੀ ਭੈਣ ਰਜਿੰਦਰ ਕੌਰ ਨੇ ਜਿਸਨੇ ਪੱਤੀ ਜਵਾਨ ਪੁੱਤ ਵੀ ਤੋੜਿਆ ਅਤੇ ਹੁਣ ਉਹਨਾਂ ਦੇ ਪਤੀ ਵੀ ਚਲੇ ਗਏ, ਮਾਰਗ ਇਹ ਪਹਿਲਾਂ ਅਸੀਂ ਸਿੱਖੀ ਵਿੱਚ ਵੇਖਿਆ, ਪਰ ਸਾਡੀਆਂ ਆਪਣੀਆਂ ਸ਼ਖਸੀਅਤਾਂ ਓਨੀਆਂ ਉੱਚੀਆਂ ਨਹੀਂ ਹੁੰਦੀਆਂ, ਇਸ ਕਰਕੇ ਅਸੀਂ ਇਸ ਨੂੰ ਸਹਿ ਨਹੀਂ ਸਕਦੇ। ਸਭ ਤੋਂ ਪਹਿਲਾਂ ਮੈਂ ਸੁਖਦੇਵ ਸਿੰਘ ਢੀਂਡਸਾ ਦਾ ਦਿੱਲੀ ਤੋਂ ਸੁਨੇਹਾ ਆਇਆ ਸੀ ਕਿ ਅੱਜ ਰਾਜ ਸਭਾ ਦੇ ਵਿੱਚ ਸਹਿਕਾਰੀ ਵਾਲਾ ਬਿੱਲ ਪਾਸ ਹੋਣ ਕਾਰਨ ਮੈਂ ਮੇਰੇ ਮਨ ਦੀ ਰੀਝ ਸੀ ਕਿ ਮੈਂ ਇਸ ਸਮਾਗਮ ਵਿੱਚ ਸ਼ਿਰਕਤ ਕਰਦਾ, ਉਹ ਨਹੀਂ ਪੁੱਜ ਸਕੇ। ਚਰਨਜੀਤ ਸਿੰਘ ਜੀ ਅਟਵਾਲ ਜਿਹੜੇ ਸ਼ਾਸਨ ਦੇ ਚੱਲਣ ਕਾਰਨ ਉਹ ਵੀ ਇਸ ਸਮਾਗਮ ਵਿੱਚ ਨਹੀਂ ਪੁੱਜ ਸਕੇ। ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਪੁੱਜੀਆਂ ਨੇ ਉਹਨਾਂ ਵਿੱਚ ਸਰਦਾਰ ਭੁਪਿੰਦਰ ਸਿੰਘ ਜੀ ਮਾਨ, ਪ੍ਰਧਾਨ ਬੇਬੇ ਯੂ, ਸਰਦਾਰ ਹਰਨੇਲ ਸਿੰਘ ਜੀ ਚੌੜਾ, ਭੈਣ ਕੁਲਦੀਪ ਕੌਰ ਜੀ ਚੌੜਾ, ਸਰਦਾਰ ਤੇਜ ਪ੍ਰਕਾਸ਼ ਸਿੰਘ ਜੀ ਕੋਟਲੀ, ਉਹਨਾਂ ਬੇਨਤੀ ਕਰਾਂਗਾ ਸਰਦਾਰ ਹਰੇਕ ਸਿੰਘ ਢਿੱਲੋਂ ਐਮਐਲਏ ਸਮਰਾਲਾ ਨੂੰ ਕਿ ਉਹ ਆਪਣੇ ਵਿਚਾਰਾਂ ਦੀ ਸਾਂਝ ਸਰਦਾਰ ਲਖਵੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੈਠੇ ਗੁਰੂ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਜਿਹੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਏ ਨਾਨਕਾ, ਸੱਦੇ ਉਰਜਾ ਦੇ ਮਹਾਂਵਾਕ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਪਰਮ ਮਿੱਤਰ ਸਾਹਿਬ ਲਖਵੀਰ ਸਿੰਘ ਜੀ ਜਿੰਨੀ ਸਵਾਸਾਂ ਦੀ ਪੂੰਜੀ ਸੰਸਾਰ 'ਚ ਲੈ ਕੇ ਆਏ ਸੀ ਭੋਗ ਕੇ ਚਲੇ ਗਏ, ਮੌਤ ਇੱਕ ਅਟਾਨਸ ਚਾਹੀ ਆ। ਜੋ ਇਨਸਾਨ ਸੰਸਾਰ ਦੇ ਵਿੱਚ ਆਉਂਦਾ ਉਸਨੇ ਜਾਣਾ ਇੱਕ ਦਿਨ ਜ਼ਰੂਰ ਹੈ। ਮੇਰੇ ਤੋਂ ਪਹਿਲਾਂ ਗਿਆਨੀ ਜੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਜੋੜ ਕੇ ਮੌਤ ਬਾਰੇ ਬਹੁਤ ਸਮਝਾਉਣਾ ਕੀਤਾ। ਸਭ ਤੋਂ ਵੱਡੀ ਗੱਲ ਕਾਕਾ ਜੀ ਦੀ ਮਾਤਾ ਪਿਤਾ ਦੇ ਹੁੰਦੇ ਪੁੱਤਰ ਦਾ ਚੜਿਆ ਜਾਣਾ, ਉਹ ਦੁੱਖ ਹਾਲੇ ਭੁੱਲਿਆ ਨਹੀਂ ਸੀਗਾ। ਸਰ ਲਖਵੀਰ ਸਿੰਘ ਜੀ ਵੀ ਪਰਿਵਾਰ ਨੂੰ ਅਡਵਾਂਟੇਜ ਛੱਡ ਕੇ ਚਲੇ ਗਏ, ਬਹੁਤ ਵੱਡਾ ਸਟਰਗਲ ਕੀਤਾ ਜ਼ਿੰਦਗੀ ਦੇ ਵਿੱਚ, ਕਹਿਣੀ ਆ ਕਰਨੀ ਦੇ ਬਿਲਕੁਲ ਪੱਕੇ ਸੀਗੇ
ਜੋ ਕੁਛ ਕਿਹਾ ਉਹੀ ਉਹਨਾਂ ਨੇ ਕੀਤਾ। ਮੈਨੂੰ ਵੀ ਪ੍ਰੈਕਟੀਕਲ ਤੌਰ 'ਤੇ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਔਰ ਜੋ ਕੁਛ ਕਿਹਾ ਉਹ ਕਰਿਆ ਉਹਨਾਂ ਨੇ। ਔਰ ਜਿਸ ਅਦਾਰੇ ਦੇ ਕੋਈ ਵੀ ਕਿਸੇ ਪਾਸਿਓ ਡਿਊਟੀ ਲੱਗੀ ਹੈ ਉਸ ਨੂੰ ਉਹਨਾਂ ਨੇ ਬੜਾ ਬਾਖੂਬੀ ਨਿਭਾਇਆ। ਕਹਿਣਾ ਬੜਾ ਸੁਖਾਲਾ ਪਰ ਝੱਲਣਾ ਬੜਾ ਔਖਾ, ਕਿਉਂਕਿ ਮਹਾਰਾਜ ਦੀ ਬਾਣੀ 'ਚ ਵੀ ਲਿਖਿਆ, ਜਿਸ ਤਰ੍ਹਾਂ ਲਾਗੇ ਸੋ ਤਰ੍ਹਾਂ ਜਾਣੇ, ਕੌਣ ਜਾਣੇ ਪੀੜ ਪਰਾਈ। ਇਹਦਾ ਪਰਿਵਾਰ ਨੂੰ ਇਹ ਪਤਾ ਕਿ ਉਸ ਦੇ ਜਾਣ ਦੇ ਨਾਲ ਪਰਿਵਾਰ ਨੂੰ ਕਿੱਡਾ ਬੜਾ ਘਾਟਾ ਪਿਆ। ਔਰ ਭੈਣ ਜੀ ਉਸ ਦਿਨ ਦੱਸ ਵੀ ਰਹੇ ਸੀਗੇ ਕਿ ਇੰਨਾ ਜ਼ਿੰਦਗੀ ਦਾ ਵੱਡਾ ਸਟਰਗਲ ਕੀਤਾ ਕਿ ਤਕਰੀਬਨ 15-20 ਵਾਰ ਹਾਰਟ ਅਟੈਕ ਹੋਇਆ, ਬਹੁਤ ਵੱਡੀ ਗੱਲ ਹੈ। ਔਰ ਕਿਉਂਕਿ ਉਹਨਾਂ ਦਾ ਜਿਹੜਾ ਹੌਸਲਾ ਸੀ ਉਹ ਬੜਾ ਬੁਲੰਦ ਸੀਗਾ, ਬੜੇ ਹੌਸਲੇ ਵਾਲੇ ਇਨਸਾਨ ਸੀਗੇ ਗੱਲ, ਅਤੇ ਜ਼ਿੰਦਗੀ ਦੇ ਨਾਲ ਪੂਰਾ ਉਹਨਾਂ ਨੇ ਆਪਣਾ ਸਟਰਗਲ ਕੀਤਾ। ਪਰ ਕਿਉਂਕਿ ਕਹਿੰਦੇ ਨੇ ਗੱਲ, ਜਦੋਂ ਅੰਤ ਸਮਾਂ ਆਉਂਦਾ ਫਿਰ ਨਹੀਂ ਬੰਦਾ ਕੋਈ ਵੀ ਮਤਲਬ ਉਸ ਨੂੰ ਬੋਲ ਸਕਦਾ। ਜਿਸ ਤਰ੍ਹਾਂ ਮਹਾਰਾਜ ਵੀ ਬੈਠੇ ਨੇ ਦਰਬਾਰੀ ਵਾਲੇ ਸੰਤ, ਇਹਨਾਂ ਕੋਲ ਵੀ ਉਦੋਂ ਇੱਕ ਘੰਟਾ ਪਹਿਲਾਂ ਜਾ ਕੇ ਆਏ ਨੇ, ਵਿਚਾਰਾਂ ਕਰੀਆਂ। ਮਹਾਰਾਜਾ ਨੇ ਬਹੁਤ ਵਾਰ ਕਿਹਾ ਕਿ ਸਰ ਲਖਵੀਰ ਸਿੰਘ ਜੀ ਦੱਸੋ ਕਿਵੇਂ ਆਇਆ ਗੱਲ, ਕਿਉਂਕਿ ਅੰਤ ਸਮਾਂ ਨੇੜੇ ਸੀਗਾ, ਮੂੰਹ ਦੇ ਵਿੱਚੋਂ ਨਹੀਂ ਨਿਕਲ ਸਕਿਆ ਕਿ ਮਹਾਰਾਜ ਸਾਨੂੰ ਆਸ਼ੀਰਵਾਦ ਦਿਓ। ਬਸ ਜੋ ਭਾਣਾ ਪਰਮਾਤਮਾ ਦਾ ਉਹਨੂੰ ਮੰਨਣਾ ਪੈਣਾ। ਸੋ ਅੱਜ ਉਹਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ, ਇਲਾਕੇ ਨੂੰ ਵੀ ਬਹੁਤ ਵੱਡਾ ਘਾਟਾ ਪਿਆ। ਮੈਂ ਸੱਚੇ ਪਾਤਸ਼ਾਹ ਨੂੰ ਅਰਦਾਸ ਕਰਦਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੋਭਤ ਨੇ ਭੁਪਿੰਦਰ ਸਿੰਘ ਜੀ ਮਾਨ ਪ੍ਰਧਾਨ ਆਲ ਇੰਡੀਆ ਵੀਕੇਯੂ, ਸਰਦਾਰ ਗੁਰਬੀਰ ਸਿੰਘ ਜੀ ਰਾਜੇਵਾਲ, ਸਰਦਾਰ ਵੀਰਾ ਸਿੰਘ ਜੀ ਗਾਬੜੀਆਂ, ਸਰਦਾਰ ਜਗਜੀਵਨ ਸਿੰਘ ਜੀ ਖੀਰਨੀਆਂ, ਸਰਦਾਰ ਸੁਖਦੇਵ ਸਿੰਘ ਜੀ ਲਿਬੜਾ, ਸਰਦਾਰ ਸੰਤਾ ਸਿੰਘ ਜੀ ਮਹਿਤਪੁਰੀ ਜ਼ਿਲ੍ਹਾ ਪ੍ਰਧਾਨ, ਸਰਦਾਰ ਕਰਮਜੀਤ ਸਿੰਘ ਜੀ ਚੀਫ ਪੰਜਾਬ ਰਾਜ ਇਲੈਕਟ੍ਰੀਸਿਟੀ ਬੋਰਡ ਜਿਹੜੇ ਇਸ ਘਰ ਦੇ ਦਾਮਾਦ ਨੇ, ਸਰਦਾਰ ਰਣਵੀਰ ਸਿੰਘ ਜੀ ਐੱਸ ਪੀ, ਜਸਵਿੰਦਰ ਸਿੰਘ ਜੀ ਬਲੇਵਾਲ ਹਾਜ਼ਰੀ ਪਾ ਕੇ ਗਏ ਨੇ, ਸਰਦਾਰ ਹਰਵੰਤ ਸਿੰਘ ਜੀ ਮੰਝੋਰ ਬਹੁਤ ਦੂਰੋਂ ਆਏ ਨੇ, ਬਾਬਾ ਸਰਬਜੀਤ ਸਿੰਘ ਜੀ ਪ੍ਰਧਾਨ ਮਾਨੀ ਗੁਰੂ ਅਮਰਦਾਸ ਜੀ ਸਕੂਲ, ਸਰਦਾਰ ਪਰਮਜੀਤ ਪਰਮਰਾਜ ਸਿੰਘ ਕਮਿਸ਼ਨਰ ਉਹ ਵੀ ਆ ਕੇ ਗਏ ਨੇ, ਸਰਦਾਰ ਰਣਜੀਤ ਸਿੰਘ ਜੀ ਖੰਨਾ ਉਹ ਵੀ ਇਹਦੇ ਵਿੱਚ ਆਏ ਨੇ। ਅਤੇ ਹੁਣ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ, ਹਾਂ ਸਰਦਾਰ ਸਵਰਨ ਸਿੰਘ ਨੂੰ ਕਿ ਜਿਨ੍ਹਾਂ ਵੱਖ ਵੱਖ ਜਥੇਬੰਦੀਆਂ ਨੇ, ਸੰਸਥਾਵਾਂ ਨੇ, ਐਜੂਕੇਸ਼ਨ ਸੰਸਥਾਵਾਂ ਨੇ ਬਹੁਤ ਸਾਰੇ ਮਤੇ ਸ਼ੋਕ ਮਤੇ ਪਾ ਕੇ ਭੇਜੇ ਨੇ ਸਰਦਾਰ ਲਖਵੀਰ ਸਿੰਘ ਲਈ, ਕਿ ਉਹ ਤੁਹਾਡੇ ਸਾਹਮਣੇ ਨਜ਼ਰ 2 ਮਿੰਟ ਲਈ ਕਰ ਦਿੱਤੇ ਜਾਣ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਹਜ਼ੂਰੀ ਵਿੱਚ ਰਾਜਮਾਨ ਬਹੁਤ ਹੀ ਦੁੱਖ ਦੀ ਘੜੀ 'ਤੇ ਸਾਡੇ ਬਹੁਤ ਪੁਰਾਣੇ ਮਿੱਤਰ ਸਰ ਲਖਵੀਰ ਸਿੰਘ ਲਾਲ ਮਾਜਰਾ ਸਾਡੇ ਵਿੱਚੋਂ ਚਲੇ ਗਏ ਨੇ। ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਿੱਥੇ ਉੱਚ ਸ਼ਖਸ਼ੀਅਤਾਂ ਪਹੁੰਚੀਆਂ ਨੇ ਉੱਥੇ ਬਹੁਤ ਸਾਰੀਆਂ ਲੋਕਲ ਜਥੇਬੰਦੀਆਂ ਜਿਨ੍ਹਾਂ ਦੇ ਸ਼ੋਕ ਵੱਟੇ ਆਏ ਨੇ, ਅਤੇ ਹੁਣ ਸਾਡੇ ਵਿੱਚ ਹੋਰ ਸੈਕਿੰਡ ਲੀਡਰਸ਼ਿਪ ਹੈ ਜਿਹੜੀ, ਉਹਨਾਂ ਦੇ ਵੀ ਨਾਂ ਲੈਣੇ ਜ਼ਰੂਰੀ ਨੇ। ਸੋ ਹੁਕਮ ਹੋਇਆ ਮੈਂ ਸਰ ਰਵਿੰਦਰ ਸਿੰਘ ਜੀ ਲਿਬੜਾ ਸਰਹੰਦ ਜੋ ਪਹਿਲਾਂ ਆ ਕੇ ਚਲੇ ਗਏ ਨੇ, ਸਰ ਰਣਜੀਤ ਸਿੰਘ ਜੀ ਤਲਵੰਡੀ, ਸਰ ਰਵਿੰਦਰ ਪਾਲ ਸਿੰਘ ਜੀ ਚੀਮਾ ਵਾਈਸ ਚੇਅਰਮੈਨ ਪੰਜਾਬ ਮੰਡੀ ਬੋਰਡ, ਬੀਬੀ ਸਤਵਿੰਦਰ ਕੌਰ ਸ਼ੇਗਲ ਪ੍ਰਧਾਨ ਦਿਹਾਤੀ ਇਸਤਰੀ ਅਕਾਲੀ ਦਲ ਮਲੋਹ ਉਹ ਵੀ ਸਾਡੇ ਵਿੱਚ ਬਿਰਾਜਮਾਨ ਨੇ, ਅਤੇ ਸਰ ਬਾਬਾ ਸਰਬਜੀਤ ਸਿੰਘ ਭੱਲਾ ਜਿਨ੍ਹਾਂ ਦਾ ਹੁਣੇ ਅਮਰੀਕ ਸਿੰਘ ਢਿੱਲੋਂ ਨੇ ਜ਼ਿਕਰ ਕੀਤਾ ਸੀ, ਪਰਿਵਾਰ ਦੇ ਬਹੁਤ ਨਜ਼ਦੀਕੀ, ਉਹ ਵੀ ਅੱਜ ਦੁੱਖ ਦੀ ਘੜੀ ਦੇ ਵਿੱਚ ਸਾਡੇ ਵਿੱਚ ਸ਼ਾਮਲ ਨੇ। ਸਰ ਨਿਰਮਲ ਸਿੰਘ ਰੋਣੋ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਵਿਕਰਮਜੀਤ ਸਿੰਘ ਸਾਬਕਾ MLA, ਗੁਰਮੀਤ ਸਿੰਘ AIG ਪੁਲਿਸ, ਸਰ ਹਰਵੰਤ ਸਿੰਘ ਰੋਸ਼ਾ ਸਾਬਕਾ ਚੇਅਰਮੈਨ, ਸਰ ਹਰਦੇਵ ਸਿੰਘ ਰੋਸ਼ਾ ਸਕੱਤਰ PTC, ਸਰ ਮਹਿੰਦਰ ਸਿੰਘ ਚੀਮਾ ਐਕਸ ਚੇਅਰਮੈਨ PADV, ਸਰ ਜਸਵਿੰਦਰ ਸਿੰਘ ਵਲੀਏਵਾਲ, ਸਰ ਪਰਮਰਾਜ ਸਿੰਘ
ਕਮਿਸ਼ਨਰ ਪੁਲਿਸ ਲੁਧਿਆਣਾ, ਠੇਕੇਦਾਰ ਕਮਲਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰੀਕ ਸਿੰਘ ਈਸੜੂ, ਗੁਰਪ੍ਰੀਤ ਰਾਜੂ ਖੰਨਾ SOI, ਸ੍ਰੀ ਚੰਦਰ ਸ਼ੇਖਰ ਜੀ, ਸ਼ਾਮਕਾ DGP ਪੁਲਿਸ, ਸਾਹਿਬ ਬਲਦੇਵ ਸਿੰਘ ਮੀਆਂਪੁਰ BKU, ਸਾਹਿਬ ਭਲਿੰਦਰ ਸਿੰਘ ਸਾਬਕਾ ਚੇਅਰਮੈਨ, ਸਰ ਇੰਦਰਜੀਤ ਸਿੰਘ ਲੋਪੋ MD ਸੈਂਟਰ ਕੋਪਰੇਟਿਵ ਬੈਂਕ ਲੁਧਿਆਣਾ, ਸਰਦਾਰ ਹਰਪਾਲ ਸਿੰਘ ਜੀ ਜੱਟਾ ਮੈਂਬਰ SGPC, ਸਰਬੰਸ ਸਿੰਘ ਜੀ ਮਾਣਕੀ ਮੈਂਬਰ SGPC, ਰੁਪਿੰਦਰ ਸਿੰਘ ਰਾਜਾ ਗਿੱਲ ਖੰਨਾ, ਸਰ ਗੁਰਬਖਸ਼ ਸਿੰਘ ਬੀਜਾ ਚੇਅਰਮੈਨ ਮਾਰਕੀਟ ਕਮੇਟੀ, ਸਰ ਦਵਿੰਦਰ ਸਿੰਘ ਖੱਟੜਾ ਮੈਂਬਰ SGPC, ਸ੍ਰੀ ਵਿਕਾਸ ਮਹਿਤਾ ਪ੍ਰਧਾਨ ਮਿਊਂਸੀਪਲ ਕਮੇਟੀ, ਸ੍ਰੀ ਜੇਸ਼ ਡਾਲੀ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਬਾਬਾ ਜਗਰੂਪ ਸਿੰਘ ਜੀ ਚੇਅਰਮੈਨ ਸਾਹਨੇਵਾਲ, ਸ਼ਰਨਜੀਤ ਸਿੰਘ ਜੀ ਚਰਨਾਥੜ ਫਤਿਹਗੜ੍ਹ ਸਾਹਿਬ, ਸਰ ਗੁਰਪ੍ਰੀਤ ਸਿੰਘ ਭੱਟੀ, ਲਖਵਿੰਦਰ ਸਿੰਘ ਲੱਖਾ ਪੈੜ, ਇੰਦਰਪਾਲ ਸਿੰਘ PA ਤਲਵੰਡੀ ਸਾਹਿਬ, ਸਰ ਇੰਦਰਜੀਤ ਸਿੰਘ ਬਰਮਾਲੀ ਬਰਮਾਲੀਪੁਰ, ਇਹ ਸਾਡੇ ਵਿੱਚ ਇਸ ਵੇਲੇ ਬਿਰਾਜਮਾਨ ਨੇ। ਸੇਵਾ ਚਾਹੁੰਦੇ ਹਾਂ ਹੁਣ ਸ਼ੌਕ ਬਤੇ ਸਾਡੇ ਬਹੁਤ ਸਾਰੀਆਂ ਜੋ ਜਥੇਬੰਦੀਆਂ ਨੇ ਖੰਨੇ ਦੀਆਂ ਉਹਨਾਂ ਵੱਲੋਂ ਆਈਆਂ ਨੇ। ਗੁਰੂ ਨਾਨਕ ਸਤਸੰਗ ਸਭਾ ਖੰਨਾ ਜਿਹਦੇ ਸਰਦਾਰ ਲਖਵੀਰ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀ, ਉਹਨਾਂ ਵੱਲੋਂ ਕਮੇਟੀ ਵੱਲੋਂ ਮਤਾ ਆਇਆ। ਗੁਰਦੁਆਰਾ ਸੁੱਖ ਸਾਗਰ ਸਾਹਿਬ ਸਮਾਧੀ ਰੋਡ ਖੰਨਾ, ਕਲਾਲ ਮਾਜਰਾ ਸਹਿਕਾਰੀ ਸਭਾ ਕਲਾਲ ਮਾਜਰਾ, ਨਨਕਾਣਾ ਸਾਹਿਬ ਪਬਲਿਕ ਸਕੂਲ ਕਲਾਲ ਮਾਜਰਾ, ਪਾੜਕੀ ਐਸੋਸੀਏਸ਼ਨ ਖੰਨਾ, ਰਾਈ ਸੈਲਰ ਐਸੋਸੀਏਸ਼ਨ ਖੰਨਾ ਗੁਰਦਿਆਲ ਸਿੰਘ ਵੱਲੋਂ, ਬਾਰ ਐਸੋਸੀਏਸ਼ਨ ਖੰਨਾ, ਬਾਰ ਐਸੋਸੀਏਸ਼ਨ ਸਮਰਾਲਾ ਅਤੇ ਪੈਣ, ਮਿਊਂਸੀਪਲ ਕਮੇਟੀ ਖੰਨਾ ਵੱਲੋਂ ਸ਼ੋਕ ਮਤਾ ਵੀ ਆਇਆ। AS ਮੈਨੇਜਮੈਂਟ ਟਰੱਸਟ ਖੰਨਾ, PADV ਬੈਂਕ ਖੰਨਾ, ਇੰਪਰੂਵਮੈਂਟ ਟਰੱਸਟ ਖੰਨਾ, ਮਨੀਮ ਯੂਨੀਅਨ ਅਨਾਜ ਮੰਡੀ ਖੰਨਾ, ਗੌਤਮ ਨਗਰ ਵੈਲਫੇਅਰ ਸੋਸਾਇਟੀ ਖੰਨਾ, ਲੁਧਿਆਣਾ ਸੈਂਟਰ ਕੋਪਰੇਟ ਬੈਂਕ ਲੁਧਿਆਣਾ, ਮਾਰਕੀਟ ਕਮੇਟੀ ਖੰਨਾ, ਉਹਨਾਂ ਦੇ ਚੇਅਰਮੈਨ ਗੁਰਵੰਤ ਸਿੰਘ ਬੀਜਾ ਬੈਠੇ ਨੇ, ਪੰਚਾਇਤ ਐਸੋਸੀਏਸ਼ਨ ਬਲਾਕ ਸਮਤੀ ਖੰਨਾ, ਪੰਜਾਬ ਆੜ੍ਹਤੀ ਐਸੋਸੀਏਸ਼ਨ, ਪੰਜਾਬ ਰਾਈਸ ਮਿਲਰ ਐਸੋਸੀਏਸ਼ਨ, ਤਰਸੇਮ ਸੈਣੀ, ਸ੍ਰੀ ਗੁਰੂ ਰਵਿਦਾਸ ਕਲਿਆਣ ਸਮਤੀ, ਸ੍ਰੀ ਵਿਕਾਸ ਸ੍ਰੀ ਵਿਸ਼ਕਰਮਾ ਰਾਮਗੜੀਆ ਐਸੋਸੀਏਸ਼ਨ ਖੰਨਾ, ਇਹ ਬਹੁਤ ਸਾਰੇ ਮਤੇ ਸਾਡੇ ਕੋਲ ਆਏ ਨੇ। ਡਾਇਰੈਕਟਰ ਨਨਕਾਣਾ ਸਾਹਿਬ ਸਕੂਲ ਸੰਗਠਨ ਸਾਹ ਗੁਰਚਰਨ ਸਿੰਘ ਗਿੱਲ, ਬਲਾਕ ਕਾਂਗਰਸ ਸਮਰਾਲਾ ਪ੍ਰਧਾਨ ਅਜਮੇਰ ਸਿੰਘ, ਰਾਈਸ ਮਿਲਰ ਐਸੋਸੀਏਸ਼ਨ ਮੱਛੀਵਾੜਾ, ਆੜ੍ਹਤੀਆ ਐਸੋਸੀਏਸ਼ਨ ਸਮਰਾਲਾ, ਰਾਧਾ ਵਾਟਕਾ ਪੂਜਾ ਐਜੂਕੇਸ਼ਨ ਟਰੱਸਟ ਖੰਨਾ, ਆਧਾਰ ਫਾਊਂਡੇਸ਼ਨ ਖੰਨਾ, ਵਿਕਰਮਜੀਤ ਸਿੰਘ ਚੀਮਾ BJP ਦੇ ਪ੍ਰਧਾਨ ਲੁਧਿਆਣੇ ਤੋਂ, ਜ਼ਿਲ੍ਹਾ ਪ੍ਰਧਾਨ RTI ਸੈੱਲ, ਗਣਪਤੀ ਸੇਵਾ ਸੰਘ, ਨਿਸ਼ਕਾਮ ਬਲੱਡ ਸੇਵਾ ਸੋਸਾਇਟੀ ਖੰਨਾ, ਨਾਲਾ ਸਰਕਾਰੂ ਵੱਲ ਸਹਿਬ ਸਰਵ ਹਿਤਕਾਰੀ ਵਿਦਿਆ ਮੰਦਰ, ਪੰਜਾਬ ਖੱਤਰੀ ਸਭਾ, ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਖੰਨਾ, ਫਰਟੀਲਾਈਜ਼ਰ ਪੈਸਟੀਸਾਈਡ ਐਸੋਸੀਏਸ਼ਨ ਪੰਜਾਬ, ਨਨਕਾਣਾ ਸਾਹਿਬ ਪਬਲਿਕ ਸਕੂਲ ਈਸੜੂ, ਆਮ ਆਦਮੀ ਪਾਰਟੀ ਖੰਨਾ, ਸ੍ਰੀ ਦੁਰਗਾ ਮੰਦਰ ਕਮੇਟੀ ਖੰਨਾ, ਇਸਤਰੀ ਸਮਾਜ ਸੇਵਾ ਦਲ ਖੰਨਾ, ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਖੰਨਾ, ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸਕੂਲ ਖੰਨਾ, ਆਮ ਆਦਮੀ ਪਾਰਟੀ ਸਮਰਾਲਾ, ਲੋਕ ਆਵਾਜ਼ ਮੰਚ ਪੰਜਾਬ ਖੰਨਾ, ਰਲੇੜੀ ਰੋਡ ਸ਼ਾਪਕੀਪਰ ਐਸੋਸੀਏਸ਼ਨ ਖੰਨਾ, ਪ੍ਰੈਸ ਕਲੱਬ ਖੰਨਾ, ਬਾਕੀ ਸਾਡੇ ਕੋਈ ਬਹੁਤ ਸੀਨੀਅਰ ਆਗੂ ਜਿਨ੍ਹਾਂ ਦੇ ਬਹੁਤ ਤਰੋਜ ਨਿੱਜੀ ਸੀ, ਸਰ ਲਖਵੀਰ ਸਿੰਘ ਦਾ, ਯਾਦਵਿੰਦਰ ਸਿੰਘ ਜਾਦੂ, ਰਜਿੰਦਰ ਸਿੰਘ ਜੀ, ਸਰ ਸਿੰਘ ਸੰਧੂ, ਸੁਰਬੀਰ ਸਿੰਘ ਸੇਠੀ, ਸਮੂਹ ਮਿਊਂਸੀਪਲ ਕੌਂਸਲਰ, ਸਮੂਹ ਪੱਤਰਕਾਰ ਵੀਰ ਸਾਹਿਬਾਨ, ਸਮੂਹ ਮੁਲਾਜ਼ਮ ਮਾਰਕੀਟ ਕਮੇਟੀ, ਸਮੂਹ ਮੁਲਾਜ਼ਮ ਮਿਊਂਸੀਪਲ ਕਮੇਟੀ, ਸਮੂਹ ਕਰਿਆਨਾ ਅਤੇ ਕਰਾਫਟ ਮਰਚੈਂਟ ਯੂਨੀਅਨ ਜਿਨ੍ਹਾਂ ਨੇ ਸਾਨੂੰ ਸ਼ੋਕ ਪੱਤੇ ਭੇਜੇ ਨੇ ਅਤੇ ਆਪ ਵੀ ਹਾਜ਼ਰੀ ਦਿੱਤੀ ਹੈ, ਸਾਰਿਆਂ ਦਾ ਅਸੀਂ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਵੀਰ ਜਿਹੜੇ ਇਹਨਾਂ ਦੇ ਨਾਂ ਸਮਾਗਮ ਜਿਨ੍ਹਾਂ ਨੇ ਸ਼ਿਰਕਤ ਕੀਤੀ ਪਰ ਰਹਿ ਗਏ ਹੋਣਗੇ, ਉਹਨਾਂ ਵੱਲੋਂ ਮੈਂ ਮਾਫ਼ੀ ਮੰਗਦਾ। ਵਿਕਰਮਜੀਤ ਸਿੰਘ ਜੀ ਖਾਲਸਾ, ਸਾਬਕਾ MLA, ਉਹ ਵੀ ਇੱਥੇ ਬੈਠੇ ਸਨ, ਇੰਦਰਜੀਤ ਸਿੰਘ ਚੇਅਰਮੈਨ। ਹੁਣ ਮੈਂ ਬੇਨਤੀ ਕਰਾਂਗਾ
ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ, ਮੁੱਖ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੂੰ, ਜਿਹੜੇ ਇਸ ਪਰਿਵਾਰ ਨਾਲ ਬਹੁਤ ਜ਼ਿਆਦਾ, ਜਿਨ੍ਹਾਂ ਨੇ ਕਾਕੇ ਦੀ ਅਕਾਲ ਚਲਾਣੇ ਤੋਂ ਬਾਅਦ ਵੀ ਹਮੇਸ਼ਾ ਪਰਿਵਾਰ ਨਾਲ ਹਰ ਦੁੱਖ ਸੁੱਖ ਵਿੱਚ ਖੜੇ ਰਹੇ, ਉਹ ਪਰਿਵਾਰ ਵੱਲੋਂ ਸਾਰੀ ਸੰਗਤਾਂ ਦਾ ਵੀ ਧੰਨਵਾਦ ਕਰਨਗੇ ਅਤੇ ਉਹ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਵੀ ਤੁਹਾਡੇ ਨਾਲ ਕਰਨਗੇ। ਦੇਵੀ ਦਿਆਲ ਜੀ ਪ੍ਰਸ਼ਾਸਨ ਨੇ ਵੀ ਚਿੱਠੀ ਭੇਜੀ ਆ, ਉਹ ਵੀ ਆਏ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਇਸ ਤੋਂ ਪਹਿਲਾਂ ਮੈਂ ਕਹਾਂਗਾ ਕਾਕਾ ਪਰਮ ਸਿੰਘ ਨੂੰ ਅਤੇ ਭੈਣ ਜੀ ਨੂੰ ਕਿ ਪਾਰਟੀ ਵੱਲੋਂ ਜਿਹੜੀ ਦਸਤਾਰ ਹੈ ਉਹ ਸਵਾ ਮਹੇਸ਼ਿੰਦਰ ਸਿੰਘ ਗਰੇਵਾਲ ਦੇਣਗੇ, ਉਹ ਸਵੀਕਾਰ ਕਰਨ ਆ ਕੇ ਭੈਣ ਜੀ ਵੀ ਆ ਜਾਣ। ਸਰਦਾਰ ਲਖਮੀਰ ਸਿੰਘ ਦਾ ਲਾਲ ਮਾਜਰਾ ਦੀ ਯਾਦ ਵਿੱਚ ਜੁੜੀ ਸਾਧ ਸੰਗਤ ਕਰੋ ਫਤਿਹ ਪ੍ਰਵਾਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਟਲ ਸੱਚਾਈ ਹੈ ਜੀਵਨ ਦੀ, ਜੋ ਬਣਿਆ ਉਹਨੇ ਟਹਿਣਾ, ਜੋ ਪੈਦਾ ਹੋਇਆ ਉਹਨੇ ਖਤਮ ਹੋਣਾ। ਗੁਰਬਾਣੀ ਕਹਿੰਦੀ ਹੈ ਜੈਸੇ ਜਲਤੇ ਬੁੱਧ ਬੁਲਾ ਉਪਜੈ ਵਿਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਰਬੀਰ। ਆਉਣਾ ਸੰਸਾਰ ਵਿੱਚ ਤੇ ਆਗੇ ਚਲੇ ਜਾਣਾ ਕੁਦਰਤ ਦਾ ਨਿਯਮ ਹੈ, ਕੁਦਰਤ ਦਾ ਸੰਵਿਧਾਨ ਹੈ, ਇਹਦੇ ਵਿੱਚ ਕੋਈ ਵਿਘਨ ਨਹੀਂ ਪੈ ਸਕਦਾ। ਪਰੰਤੂ ਕੁਛ ਲੋਕ ਹੁੰਦੇ ਨੇ ਜਿਹੜੇ ਆਪਣੇ ਜੀਵਨ ਕਾਲ ਵਿੱਚ ਪੈੜਾਂ ਪਾ ਜਾਂਦੇ ਨੇ ਆਉਣ ਵਾਲੀਆਂ ਲੋਕਾਂ ਲਈ, ਨਸਲਾਂ ਲਈ, ਉਹ ਇੱਕ ਰਾਹ ਬਣਾ ਜਾਂਦੇ ਨੇ। ਸਰਦਾਰ ਲਖਮੀਰ ਸਿੰਘ ਲਾਲ ਮਾਜਰਾ ਨਾਲ ਮੇਰਾ ਖਿਆਲ ਹੈ ਮੇਰਾ 30 ਸਾਲ ਤੋਂ ਵੱਧ ਦਾ ਸੰਬੰਧ ਸੀ, ਕਿਉਂਕਿ ਪ੍ਰਧਾਨ ਸਾਹਿਬ ਦੇ ਬਹੁਤ ਨੇੜੇ ਸੀ ਇਹ ਵੀ, ਤੇ ਸਾਨੂੰ ਵੀ ਉਹਨਾਂ ਦਾ ਪਿਆਰ ਮਿਲਦਾ ਰਿਹਾ। ਪੰਜੌਲੀ ਸਾਹਿਬ ਬੈਠੇ ਨੇ ਉਸੇ ਹੀ ਰਾਹ ਦੇ ਸਾਥੀ। ਰਾਜਨੀਤੀ ਵਿੱਚ ਅਕਸਰ ਲੋਕ ਕਈ ਦਫ਼ਾ ਖੁਦਗਰਜ਼ੀ, ਮਤਲਬ ਪ੍ਰਸਤੀ ਤੇ ਮਜਬੂਰੀਆਂ ਦੇ ਸ਼ਿਕਾਰ ਹੋ ਕੇ ਆਪਣੀ ਸੋਚ ਦੇ ਵਿਰੁੱਧ ਵੀ ਫੈਸਲਾ ਲੈਂਦੇ ਰਹਿੰਦੇ, ਪਰ ਸਰਦਾਰ ਲਖਮੀਰ ਸਿੰਘ ਕਲਾਲ ਮਾਜਰਾ ਇਹਨਾਂ ਚੀਜ਼ਾਂ ਦਾ ਮੁਹਤਾਜ ਨਹੀਂ ਸੀ। ਉਸਨੇ ਪਿਆਰ ਨੂੰ ਪਹਿਲ ਦਿੱਤੀ ਤੇ ਪਿਆਰ ਦੇ ਰਿਸ਼ਤਿਆਂ ਨੂੰ ਹਮੇਸ਼ਾ ਨਿਭਾਉਣ ਵਿੱਚ ਪ੍ਰਥਮ ਥਾਂ ਦਿੱਤੀ। ਜਿੰਨਾ ਵੀ ਸਰਦਾਰ ਲਖਮੀਰ ਸਿੰਘ ਦੀ ਪਰਸਨੈਲਿਟੀ ਬਾਰੇ, ਸ਼ਖਸੀਅਤ ਬਾਰੇ ਕਿਹਾ ਜਾਵੇ ਥੋੜ੍ਹਾ, ਕਿਉਂਕਿ ਬਹੁਤ ਲੋਕ ਉਹਨਾਂ ਦੇ ਨਾਲ ਵਰਤਣ ਵਾਲੇ ਇੱਥੇ ਬੈਠੇ ਨੇ। ਜੀ ਕਰਦਾ ਸੀ ਪੰਜੌਲੀ ਸਾਹਿਬ ਨੂੰ ਵੀ ਸੁਣਦੇ ਹੋ, ਧਾਰਮਿਕ ਰੈਫਰੈਂਸ ਦੇ ਕੇ ਗੱਲਾਂ ਕਰਦੇ ਨੇ। ਸਰਦਾਰ ਸੁਖਦੇਵ ਸਿੰਘ ਲਿਬੜਾ ਬੈਠੇ ਨੇ, ਜ਼ਿਲ੍ਹਾ ਜਥੇਦਾਰ ਸਰਦਾਰ ਸੰਤਾ ਸਿੰਘ ਜੀ ਮਹਿਤਪੁਰੀ ਬੈਠੇ ਨੇ, ਰਾਜੇਵਾਲ ਸਾਹਿਬ ਸੀ, ਮਾਨ ਸਾਹਿਬ ਸੀ। ਪਰ ਮਜਬੂਰੀ ਹੁੰਦੀ ਹੈ, ਸੰਗਤ ਵੀ ਬਹੁਤਾ ਸਮਾਂ ਬੈਠਦੀ ਨਹੀਂ ਤੇ ਕਾਹਲੇ ਪੈ ਜਾਂਦੇ ਆ, ਇਸੇ ਲਈ ਫੈਸਲਾ ਕੀਤਾ ਕਿ ਜਿੰਨਾ ਵੀ ਇਸ ਦਾਇਰੇ ਨੂੰ ਬੁਲਾ ਰਿਹਾ ਤਾਂ ਘਟਾ ਸਕੀਏ ਘਟਾਇਆ। ਮੇਰਾ ਰਿਸ਼ਤਾ ਜ਼ਾਤੀ ਤੌਰ ਤੇ ਲਖਮੀਰ ਸਿੰਘ ਨਾਲ ਰਾਜਨੀਤਿਕ ਨਹੀਂ ਸੀ, ਪਿਆਰ ਤੇ ਪਰਿਵਾਰਕ ਸੀ। ਮੈਨੂੰ ਇੰਨੇ ਲੰਮੇ ਸਫ਼ਰ ਵਿੱਚ ਇੱਕ ਦਿਨ ਵੀ ਨਹੀਂ ਇਸ ਤਰ੍ਹਾਂ ਦਾ ਕੋਈ ਯਾਦ ਕਰਨ ਨੂੰ ਮਿਲਦਾ ਜਿਸ ਸਮੇਂ ਉਹਨਾਂ ਨੇ ਆਪਣੀ ਜ਼ਾਤੀ ਮੁਫਾਦ ਨੂੰ ਅੱਗੇ ਰੱਖ ਕੇ ਮੈਨੂੰ ਕਿਸੇ ਗੱਲ ਤੋਂ ਨਾ ਕਹੀ ਹੋਵੇ। ਕੋਈ ਵੀ ਫੈਸਲਾ ਮਨ ਚ ਸੋਚੀ ਬੈਠੇ ਹੋਣ ਜਦ ਉਹ ਕਰਦੇ ਸਨ ਤਾਂ ਜ਼ਰੂਰ ਕੋਸ਼ਿਸ਼ ਹੁੰਦੀ ਸੀ ਉਹਨਾਂ ਦੀ ਕਿ ਮੇਰੇ ਨਾਲ ਜ਼ਰੂਰ ਰਾਏ ਕਰ। ਕੋਆਪਰੇਟਿਵ ਲਾਅ ਦੇ ਉਹ ਮਾਹਰ ਸਨ,
ਅਸੈਂਬਲੀ ਦੀ ਚੋਣ ਵੀ ਲੜੀ ਜਿਹੜੀ ਭੰਗ ਹੋ ਗਈ ਸੀ, ਚੋਣ ਹੀ ਨਹੀਂ ਸੀ ਹੋਈ। ਕਮੇਟੀ ਵਿੱਚ ਵੀ ਰਹੇ, ਮਿਊਂਸੀਪਲ ਕਮੇਟੀ ਚ ਵੀ ਰਹੇ, ਇੰਪਰੂਵਮੈਂਟ ਟਰੱਸਟ ਵਿੱਚ ਵੀ ਉਹਨਾਂ ਦਾ ਯੋਗਦਾਨ। ਮੈਂ ਕਹਿੰਦਾ ਕਿ ਖੰਨੇ ਦੀ ਰਾਜਨੀਤੀ ਤੇ ਸਮਰਾਲੇ ਦੇ ਹਲਕੇ ਦੀ ਰਾਜਨੀਤੀ ਸਰਦਾਰ ਲਖਵੀਰ ਸਿੰਘ ਕਲਾਰ ਮਾਜਰਾ ਦੀ ਗੈਰ ਹਾਜ਼ਰੀ ਵਿੱਚ ਸੁਣੀ ਹੋਏਗੀ। ਇਸ ਵਿੱਚ ਮੇਰੀ ਕੋਈ ਵੱਡੀ ਗੱਲ ਨਹੀਂ, ਇਹ ਅਸਲੀਅਤ ਹੈ, ਹਾਰਡ ਫੈਕਟ ਹੈ। ਜਿਵੇਂ ਸ਼ਰਨਜੀਤ ਉਹਨਾਂ ਨੇ ਪਹਿਲਾਂ ਹੀ ਕਿਹਾ, ਮੈਂ ਬਹੁਤ ਲੰਬੀ ਗੱਲ ਨਹੀਂ ਕਰਨੀ ਕਿਉਂਕਿ ਪਰਿਵਾਰ ਦਾ ਆਪਣੇ ਆਪ ਨੂੰ ਅੰਗ ਸਮਝਦਾ। ਬੇਟੇ ਦਾ ਦੁੱਖ ਬਹੁਤ ਵੱਡਾ ਸੀ। ਮੈਨੂੰ ਯਾਦ ਹੈ ਕਿ ਜਿਸ ਦਿਨ ਬੇਟੇ ਨੇ ਚੜ੍ਹਾਈ ਕੀਤੀ, ਉਹ ਤੋਂ ਦੋ ਤਿੰਨ ਦਿਨ ਪਹਿਲਾਂ ਮੇਰੇ ਬੇਟੇ ਦੇ ਵਿਆਹ ਤੇ ਰਿਸੈਪਸ਼ਨ ਤੇ ਉਹ ਗਿਆ ਤੇ ਚਾਰ ਪੰਜ ਦਿਨ ਬਾਅਦ ਹੀ ਰਾਤ ਨੂੰ ਟੈਲੀਫੋਨ ਆਇਆ ਤੇ ਅੰਦਰ ਹਿੱਲ ਗਿਆ ਕਿ ਉਹ ਚਾਰ ਦਿਨ ਪਹਿਲਾਂ ਇੱਥੇ ਮੇਰੇ ਕੋਲ ਖੇਡੋ ਖੇਡੋ ਹੱਸਦਾ ਜਾ ਰਿਹਾ ਤੇ ਅੱਜ ਉਹ ਨਹੀਂ ਰਿਹਾ। ਇਹੀ ਮਾਰਚ ਦਾ ਮਹੀਨਾ ਸੀ ਤੇ ਉਹੀ ਮਾਰਚ ਦੇ ਮਹੀਨੇ ਵਿੱਚ ਸਰਦਾਰ ਲਖਵੀਰ ਸਿੰਘ ਵੀ ਚਲੇ ਗਏ। ਮੈਂ ਇੰਨੀ ਗੱਲ ਦ੍ਰਿੜਤਾ ਨਾਲ ਗੁਰੂ ਦੀ ਹਜ਼ੂਰੀ ਚ ਕਹਿ ਸਕਦਾ ਹੈ, ਮੇਰਾ ਰਿਸ਼ਤਾ ਸਰਦਾਰ ਲਖਵੀਰ ਸਿੰਘ ਨਾਲ ਟੱਲਾ ਨਹੀਂ ਸੀ, ਲਖਵੀਰ ਸਿੰਘ ਦੇ ਪਰਿਵਾਰ ਨਾਲ ਵੀ ਹੈ। ਇੰਨਾ ਵਿਸ਼ਵਾਸ ਤੋਂ ਆ ਸਕਦਾ ਹੈ ਕਿ ਪਰਿਵਾਰ ਨੂੰ ਉਹਨਾਂ ਦੇ ਸਰੀਰ ਨਾ ਉਸ ਪੁੱਤਰ ਦਾ ਤੇ ਨਾ ਸਰਦਾਰ ਲਖਵੀਰ ਸਿੰਘ ਉਹਨਾਂ ਦਾ ਵਾਪਸ ਲਿਆ ਸਕਦੇ ਹੈ। ਪਰ ਦੁਨਿਆਵੀ ਤੌਰ ਤੇ ਜਿੱਥੇ ਵੀ ਪਰਿਵਾਰ ਨੂੰ ਜ਼ਰੂਰਤ ਹੋਏਗੀ, ਹਮ ਬਣ ਕੇ ਦੀਵਾਰ ਬਣ ਕੇ ਉਹਨਾਂ ਦੇ ਨਾਲ ਖੜਾਂਗੇ। ਕਦੇ ਵੀ ਉਹ ਮਨ ਵਿੱਚ ਇਸ ਤਰ੍ਹਾਂ ਦੀ ਕਹਾਣੀ ਨਾ ਲਿਆਉਣ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦੁਨਿਆਵੀ ਤੌਰ ਤੇ ਕੋਈ ਤਕਲੀਫ ਆਏਗੀ, ਕਿਉਂਕਿ ਉਦੋਂ ਵੱਡਾ ਕਿਰਤ ਘਣ ਕੋਈ ਨਹੀਂ ਹੁੰਦਾ ਜਿਹੜਾ ਕਿਸੇ ਸਰੀਰ ਦੇ ਜਾਣ ਕਰਕੇ ਉਸ ਸਰੀਰ ਦੇ ਨਾਲ ਪਈ ਹੋਈ ਸਾਂਝ ਨੂੰ ਵਿਸਾਰ ਦੇ ਵਿੱਚ ਉਹ ਤੋਂ ਮੁਨਕਰ ਹੋ ਜਾਵੇ। ਤੇ ਮੈਂ ਭੈਣ ਬਲਜਿੰਦਰ ਨੂੰ ਵੀ ਇਹ ਵਿਸ਼ਵਾਸ ਦਿਵਾਉਣਾ ਤੇ ਨਾਲ ਇਹ ਵੀ ਜ਼ਰੂਰ ਕਹਿਣਾ ਕਿ ਭੈਣ ਇਹ ਦੁੱਖ ਤੇ ਘਾਟਾ ਨਾ ਪੂਰਾ ਹੋਣ ਵਾਲਾ, ਪਰ ਹੁਣ ਤੈਨੂੰ ਦਲੇਰੀ ਫੜ ਕੇ ਪਰਿਵਾਰ ਦੀ ਅਗਵਾਨੀ ਕਰਨੀ ਪਵੇਗੀ ਤੇ ਤੁਸੀਂ ਮੈਨੂੰ ਪਤਾ ਹੈ ਕਿ ਬੜੀ ਦ੍ਰਿੜਤਾ ਨਾਲ ਕਰੋਗੇ ਵੀ ਤੇ ਗੁਰੂ ਬਖਸ਼ਿਸ਼ ਕਰੇਗਾ, ਗੁਰੂ ਕਿਰਪਾ ਕਰੇਗਾ, ਕਿਉਂਕਿ ਜਿਸ ਨੇ ਐਡਾ ਵੱਡਾ ਇਮਤਿਹਾਨ ਪਾਇਆ ਉਹੀ ਸਮਰੱਥਾ ਤੇ ਤਾਕਤ ਦੇਵੇਗਾ ਕਿ ਐਡਾ ਵੱਡਾ ਦੁੱਖ ਤੇ ਇਹ ਵਿਛੋੜੇ ਨੂੰ ਚੱਲ ਸਕਣ। ਤੋਂ ਮੈਂ ਬਹੁਤਾ ਨਾ ਕੁਛ ਕਹਿੰਦਾ ਹੋਇਆ, ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਸੀ ਕਿ ਉਹ ਵੀ ਕਿਸੇ ਦਿਨ ਆਉਣਗੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। ਸੈਂਸ਼ਨ ਚੱਲਦਾ ਕਰਕੇ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਰਾਜਨੀਤਿਕ ਹਾਲਾਤ ਨੇ ਜਿਨ੍ਹਾਂ ਕਰਕੇ ਮਸਲਿਆਂ ਕਰਕੇ ਉਹ ਚੰਡੀਗੜ੍ਹ ਰੁੱਝੇ ਹੋਏ ਨੇ, ਉਹਨਾਂ ਵੱਲੋਂ ਵੀ ਹਾਜ਼ਰੀ ਲਾਉਣਾ ਸਮੁੱਚੀ ਸੰਗਤ ਦਾ, ਭੈਣ ਬਰਜਿੰਦਰ ਵੱਲੋਂ, ਬੇਟੀ ਵੱਲੋਂ, ਪ੍ਰਾਹੁਣੇ ਵੱਲੋਂ, ਇਹਨਾਂ ਦੇ ਬੱਚਿਆਂ ਵੱਲੋਂ ਤੇ ਕਲਾਲ ਮਾਜਰਾ ਪਰਿਵਾਰ ਵੱਲੋਂ ਆਦਰਣੀ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਕਲਾਲ ਮਾਜਰਾ ਸਾਹਿਬ ਨੂੰ ਸਹਿਯੋਗ ਦਿੱਤਾ, ਪਿਆਰ ਦਿੱਤਾ, ਸਾਥ ਦਿੱਤਾ ਤੇ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਉਸ ਦਿਨ ਸੰਸਕਾਰ ਸਮੇਂ ਵੀ ਆਏ ਤੇ ਅੱਜ ਵੀ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਹਾਜ਼ਰ ਹੋਣੇ। ਦੁਨੀਆਂ ਦੀ ਕਹਾਵਤ ਹੈ ਇੱਕ, ਕਹਿੰਦੇ ਆ ਰਾਣੀ ਮਰੇ ਸਭ ਕੋ ਜਾਏ, ਰਾਜਾ ਮਰੇ ਕੋ ਨਾ ਆਏ। ਪਰ ਤੁਸੀਂ ਅੱਜ ਇੱਥੇ ਜਿੰਨੀ ਵੱਡੀ ਗਿਣਤੀ ਵਿੱਚ ਆਏ ਹੋ ਇਹ ਇਸ ਗੱਲ ਦਾ ਪ੍ਰਮਾਣ ਭਰਦੀ ਹੈ ਕਿ ਇਲਾਕਾ ਤੇ ਸੰਗਤ ਸਰਦਾਰ ਲਖਵੀਰ ਸਿੰਘ ਉਹਨਾਂ ਵੱਲੋਂ ਕੀਤੀ ਹੋਈ ਸੇਵਾ ਨੂੰ ਪ੍ਰਵਾਨ ਕਰਦਾ ਹੈ ਤੇ ਉਸ ਸੇਵਾ ਦੀ ਪ੍ਰਵਾਨਗੀ ਦੀ ਮੋਹਰ ਲਾਉਂਦਾ ਹੈ। ਤੋ ਮੈਂ ਸੁੱਚੀ ਪਰਿਵਾਰ ਵੱਲੋਂ, ਆਪਣੇ ਵੱਲੋਂ, ਸਮੁੱਚੀ ਸੰਗਤ ਦਾ ਬਹੁਤ ਬਹੁਤ ਰਿਣੀ ਹੈ ਤੇ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਪਿਆਰ ਸਤਿਕਾਰ ਦਾ ਰਿਸ਼ਤਾ ਤੁਸੀਂ ਸਰਦਾਰ ਲਖਵੀਰ ਸਿੰਘ ਉਹਨਾਂ ਨਾਲ ਨਿਭਾਉਂਦੇ ਰਹੇ ਹੋ, ਆਉਣ ਵਾਲੇ ਸਮੇਂ ਵਿੱਚ ਵੀ ਉਸੇ ਤਰ੍ਹਾਂ ਹੀ ਇਹ ਪਰਿਵਾਰ ਨੂੰ ਸਹਿਯੋਗ, ਪਿਆਰ ਤੇ ਅਸੀਸ ਬਖਸ਼ਦੇ ਰਹਿਣਾ। ਇੰਨਾ ਕੁਛ ਕਹਿੰਦਾ ਹੋਇਆ ਮੈਂ ਤੁਹਾਡਾ ਅੰਤ ਵਿੱਚ ਫਿਰ ਬਹੁਤ ਰਿਣੀ ਹੈ। ਭੈਣ ਕੁੰਦੀ ਬੈਠੀ ਹੈ ਤਾਂ ਪਰਿਵਾਰ ਹੈ, ਟੌੜਾ ਸਾਹਿਬ ਦਾ ਸਾਰਾ ਪਰਿਵਾਰ ਹੈ, ਹਰਮੇਲ ਹੋਣੀ ਵੀ ਬੈਠੇ ਨੇ, ਹੁਣ ਦੇਖ ਵਰਤੇਗੀ ਤੇ ਜਿਹਨਾਂ ਸਰੀਰਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਉਹਨਾਂ ਨੂੰ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਪ੍ਰਸ਼ਾਦਾ ਛਕ ਕੇ ਜਾਣ, ਚਾਹ ਦਾ ਲੰਗਰ ਵੀ ਤਿਆਰ ਹੈ, ਚਾਹ ਵੀ ਛਕ ਕੇ ਜਾਣ, ਭੁੱਲ ਚੁੱਕ ਦੀ ਜੋ ਫੇਵਾ। ਫਿਰ ਆਖਿਰ ਵਿੱਚ ਉਹ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਤੋਂ
ਜਿਨ੍ਹਾਂ ਨੂੰ ਇੱਥੇ ਬੁਲਾਉਣਾ ਚਾਹੀਦਾ ਸੀ ਉਹਨਾਂ ਦੇ ਸਮਾਜਿਕ ਰਾਜਨੀਤਿਕ ਤਦ ਕਰਕੇ ਸਮੇਂ ਦੀ ਘਾਟ ਨੂੰ ਮੁੱਖ ਰੱਖਦਿਆਂ ਨਹੀਂ ਬੁਲਾ ਸਕੇ। ਦੋਨੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਕਰੋ। ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।